ਸਸਰੀ ਗਾਲ ਜੀ ਸਵਾਗਤ ਹੈ ਤੁਹਾਡਾ ਸਾਡੀ YouTube ਚੈਨਲ ਇਹ ਦੇ ਟੈਕ ਜ਼ੋਨ ਤੇ ਤੇ ਅੱਜ ਹੀ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਜੀ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਜਿਹੜੇ ਨਵੇਂ ਯੂਟਿਊਬਰਸ ਨੇ ਉਹਨਾਂ ਨੇ ਆਪਣਾ ਚੈਨਲ ਦਾ ਜਿਹੜਾ ਲੋਗੋ ਆ ਉਸ ਨੂੰ ਚੇਂਜ ਕਿਦਾਂ ਕਰਨਾ ਹੈ ਜਾਂ ਫਿਰ ਅਪਲੋਡ ਕਿਦਾਂ ਕਰਨਾ ਹੈ ਤੇ ਅੱਜ ਦੀ ਵੀਡੀਓ ਸਾਡੀ ਇਹ ਟੌਪਿਕ ਤੇ ਹੋਵੇਗੀ ਤੇ ਚਲੋ ਟਾਈਮ ਵੇਸ ਨਾ ਕਰਦੇ ਹੋਏ ਵੀਡੀਓ ਕਰਦੇ ਹਾਂ ਸਟਾਰਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਜੇਕਰ ਸਾਡੇ ਚੈਨਲ এজ ਅਟੈਕ ਜ਼ੋਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਪਲੀਜ਼ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਅੱਗੇ ਤੋਂ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਉਸ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ ਸਾਰਨਾ ਪਹਿਲਾਂ ਚਲੋ ਜੀ ਵੀਡੀਓ ਕਰਦੇ ਹਾਂ ਸਟਾਰਟ ਆਪਣੇ YouTube ਚੈਨਲ ਦਾ ਲੋਗੋ ਚੇਂਜ ਕਰ ਲਈ ਤੁਸੀਂ ਸਾਰਨਾ ਪਹਿਲਾਂ ਆਪਣੇ ਮੋਬਾਈਲ ਦਾ Chrome ਬ੍ਰਾਊਜ਼ਰ ਨੂੰ ਓਪਨ ਕਰਨਾ ਹੈ ਓਪਨ ਕਰਨ ਤੋਂ ਬਾਅਦ ਤੁਸੀਂ ਸਰਚ ਕਰਨਾ ਹੈ youtube.com youtube.com ਸਰਚ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਡੈਸਕਟਾਪ ਸਾਈਟ ਤੇ ਓਪਨ ਕਰਨਾ ਹੈ। ਡੈਸਕਟਾਪ ਸਾਈਟ ਤੇ ਓਪਨ ਕਰਨ ਤੋਂ ਬਾਅਦ ਤੁਸੀਂ ਸਭ ਤੋਂ ਪਹਿਲਾਂ ਆਪਣੇ ਚੈਨਲ ਦੀ ਆਈਕਨ ਤੇ ਕਲਿੱਕ ਕਰਨਾ ਹੈ। ਕਲਿੱਕ ਕਰਨ ਤੋਂ ਬਾਅਦ ਇੱਥੇ ਤੁਸੀਂ ਯੂਅਰ ਚੈਨਲ ਦੀ ਆਪਸ਼ਨ ਤੇ ਕਲਿੱਕ ਕਰਨਾ ਹੈ। ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਤੁਹਾਡੇ ਚੈਨਲ ਦਾ ਇੰਟਰਫੇਸ ਓਪਨ ਹੋਵੇਗਾ ਜਿੱਥੇ ਤੁਹਾਡੀਆਂ ਕੁਝ ਕੁ ਵੀਡੀਓ ਹੋਣਗੀਆਂ ਤੇ ਤੁਹਾਡੇ ਸਾਹਮਣੇ ਦੋ ਆਪਸ਼ਨ ਹੋਣਗੇ ਕਸਟਮਾਈਜ਼ ਚੈਨਲ YouTube ਸਟੂਡੀਓ ਤੁਸੀਂ ਕਸਟਮਾਈਜ਼ ਚੈਨਲ ਦੀ ਆਪਸ਼ਨ ਤੇ ਕਲਿੱਕ ਕਰ ਦੇਣਾ ਹੈ। ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੇ ਸਾਰਨਾ ਪਹਿਲਾਂ ਤੁਹਾਨੂੰ ਇੱਕ ਆਪਦੇ ਚੈਨਲ ਦਾ ਬੈਨਰ ਤੇ ਲੋਗੋ ਦਿਖੇਗਾ ਤੇ ਉਸ ਤੋਂ ਬਾਅਦ ਥੱਲੇ ਤੁਹਾਨੂੰ ਵੀਡੀਓਜ਼ ਦਿਖਣਗੀਆਂ ਤੇ ਤੁਸੀਂ ਸਾਰਨਾ ਪਹਿਲਾਂ ਆਪਣੇ ਚੈਨਲ ਦੇ ਲੋਗੋ ਤੇ ਕਲਿੱਕ ਕਰਨਾ ਹੈ ਤੁਹਾਡੇ ਸਾਹਮਣੇ ਪੈਨਸਲ ਦੀ ਆਪਸ਼ਨ ਆ ਜਾਏਗੀ ਤੇ ਪੈਨਸਲ ਦੀ ਆਪਸ਼ਨ ਤੇ ਕਲਿੱਕ ਕਰ ਦੇਣਾ ਹੈ ਇੱਥੇ ਤੁਹਾਨੂੰ ਲਿਖਿਆ ਆਵੇਗਾ ਐਡਿਟ ਚੈਨਲ ਆਈਕਨ ਯੂਅਰ ਚੈਨਲ ਆਈਕਨ ਕਮਸ ਵਿਦ ਯੂਅਰ ਗੂਗਲ ਅਕਾਊਂਟ ਚੇਂजेस ਮੇ ਟੇਕ ਆ ਫਿਊ ਮਿੰਟਸ ਟੂ ਸ਼ੋ ਔਨ ਯੂਅਰ ਚੈਨਲ ਉਹ ਕਹਿੰਦੇ ਜੇ ਤੁਸੀਂ ਆਪਦੇ ਚੈਨਲ ਦਾ ਲੋਗੋ ਚੇਂਜ ਕਰੋਗੇ ਤਾਂ ਤੁਹਾਨੂੰ ਕੁਝਕ ਮਿੰਟ ਲੱਗਣਗੇ ਉੱਥੇ ਸ਼ੋਅ ਕਰਨ ਨੂੰ ਚਲੋ ਆਪਾਂ ਐਡਿਟ ਕਰਦੇ ਹਾਂ ਹੁਣ ਤੁਸੀਂ ਐਡਿਟ ਦੀ ਆਪਸ਼ਨ ਤੇ ਕਲਿੱਕ ਕਰ ਦੇਣਾ ਹੈ ਕਲਿੱਕਾਂ ਤੋਂ ਬਾਅਦ ਤੁਹਾਡੇ ਸਾਹਮਣੇ Google ਦਾ ਇੱਕ ਪੇਜ ਓਪਨ ਹੋਵੇਗਾ ਇਸ ਤਰ੍ਹਾਂ ਦਾ ਜਿਉਂ ਪੇਜ ਹੋਵੇਗਾ ਇੱਥੇ ਤੁਹਾਡੇ ਸਾਹਮਣੇ ਚਾਰ ਆਪਸ਼ਨ ਆਉਣਗੀਆਂ ਯੂਜ਼ ਮਾਈ Google ਪ੍ਰੋਫਾਈਲ ਪਿਕਚਰ ਯੂਜ਼ ਮਾਈ Gmail ਪਿਕਚਰ ਡੋਟ ਯੂਜ਼ ਪ੍ਰੋਫਾਈਲ ਪਿਕਚਰ ਕਿਉਂ ਸਾ ਨਿਊ ਪਿਕਚਰ ਤੁਸੀਂ ਇਸ ਨੂੰ ਐਵੇਂ ਕੰਟੀਨਿਊ ਕਰ ਦੇਣਾ ਹੈ ਤੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀ ਇੰਟਰਫੇਸ ਓਪਨ ਹੋਵੇਗਾ ਤੁਸੀਂ ਚੇਂਜ ਦੀ ਆਈਕਨ ਤੇ ਕਲਿੱਕ ਕਰਨਾ ਹੈ ਚੇਂਜ ਦੀ ਆਈਕਨ ਤੇ ਜਦ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਇੰਟਰਫੇਸ ਓਪਨ ਹੋਵੇਗਾ ਤੇ ਦੇਖ ਸਕਦੇ ਹੋ ਇੱਥੇ ਲਿਖਿਆ ਹੁੰਦਾ ਹੈ ਅਪਲੋਡ ਇਮੇਜ ਯੂਅਰ ਫੋਟੋਸ ਤੁਸੀਂ ਅਪਲੋਡ ਇਮੇਜ ਤੇ ਜਾ ਕੇ ਡ੍ਰੈਗ ਆ ਪ੍ਰੋਫਾਈਲ ਫੋਟੋ ਹੇਅਰ ਜਿੱਥੇ ਲਿਖਿਆ ਹੁੰਦਾ ਹੈ ਉਸ ਨੂੰ ਥੱਲੇ ਆ ਕੇ ਤੁਸੀਂ ਦੇਖ ਸਕਦੇ ਹੋ ਸਿਲੈਕਟ ਆ ਫੋਟੋ ਫਰੋਮ ਯਰ ਕੰਪਿਊਟਰ। ਤੁਸੀਂ ਇਸ ਆਈਕਨ ਤੇ ਕਲਿੱਕ ਕਰਨਾ ਹੈ। ਕਲਿੱਕ ਕਰਨ ਤੋਂ ਬਾਅਦ ਇਹ ਫਾਈਲਸ ਦੇ ਵਿੱਚੋਂ ਜਾ ਕੇ ਆਪਣੀ ਇੱਕ ਫੋਟੋ ਸਿਲੈਕਟ ਕਰ ਲੈਣੀ ਹੈ ਜਿਸ ਨੂੰ ਤੁਸੀਂ ਚੇਂਜ ਕਰਨਾ ਚਾਹੁੰਦੇ ਹੋ। ਆ ਮੈਂ ਫੋਟੋ ਬਣਾਈ ਹੋਈ ਸੀਗੀ। ਇਸ ਨੂੰ ਮੈਂ ਇੱਥੇ ਸਿਲੈਕਟ ਕਰ ਲੈਣਾ। ਹੁਣ ਜੀ ਅਪਲੋਡਿੰਗ ਹੁੰਦੀ ਆ। ਤੁਸੀਂ ਦੇਖ ਸਕਦੇ ਹੋ ਅਪਲੋਡਿੰਗ ਹੋ ਰਹੀ ਆ। ਆ ਦੇਖ ਲਓ ਜੀ ਆਪਣੀ ਫੋਟੋ ਸੀਗੀ ਜਿਹੜੀ ਉਹ ਅਪਲੋਡ ਹੋ ਚੁੱਕੀ ਆ। ਹੁਣ ਤੁਹੇ ਇੱਥੇ ਸੈੱਟ ਕਰ ਲੈਣਾ ਹੈ ਇਸ ਨੂੰ ਸੈੱਟ ਕਰਨ ਤੋਂ ਬਾਅਦ ਤੁਸੀਂ ਇੱਥੇ ਸੈੱਟ ਐਜ਼ ਆ ਪ੍ਰੋਫਾਈਲ ਫੋਟੋ ਤੇ ਕਲਿੱਕ ਕਰ ਦੇਣਾ ਹੈ ਤੁਹਾਡੇ ਸਾਹਮਣੇ ਫੋਟੋ ਦੀ ਪ੍ਰੋਸੈਸਿੰਗ ਹੋਵੇਗੀ ਆ ਦੇਖ ਲਓ ਜੀ ਸਾਡੀ ਫੋਟੋ ਚੇਂਜ ਹੋ ਚੁੱਕੀ ਆ ਤੇ ਅੱਜ ਦੀ ਵੀਡੀਓ ਚ ਇੰਨਾ ਹੀ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਸਾਡੇ ਚੈਨਲ ਏਜ ਟੈਕ ਜ਼ੋਨ ਨੂੰ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਅੱਗੇ ਤੋਂ ਅਸੀਂ ਕੋਈ ਹੈਗੀ ਇੰਟਰਸਟਿੰਗ ਵੀਡੀਓ ਅਪਲੋਡ ਕਰੀਏ ਤਾਂ ਉਸ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਜੇ ਸਭ ਨਾਲ ਪਹਿਲਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ